ਸਾਡੇ
ਸਾਨੂੰ ਸਰੀਰਕ ਤੌਰ ਤੇ ਉਸ ਅਕਾਲ ਪੁਰਖ ਦੀ ਜਗ੍ਹਾ ਦੇ ਵਿੱਚ ਜਾ ਚੁੱਕੇ ਨੇ। ਆਪਾਂ ਸਮੁੱਚੇ ਇਲਾਕੇ ਤੋਂ ਜਿੱਥੇ ਉਹਨਾਂ ਦੇ ਰਿਸ਼ਤੇਦਾਰ ਸਾਖ ਸੰਬੰਧੀ ਔਰ ਉਸ ਜੁੜੇ ਭਾਈਚਾਰੇ ਦੇ ਵੱਖ ਵੱਖ ਸੰਸਥਾਵਾਂ ਦੇ ਮੁਖੀ ਸਮਾਜਿਕ ਸਹਿਯੋਗ ਧਾਰਮਿਕ ਜਥੇਬੰਦੀਆਂ ਔਰ ਸਪੋਰਟਸ ਕਲੱਬਾਂ ਦੇ ਬਹੁਤ ਸਾਰੇ ਨੁਮਾਇੰਦੇ ਤੇ ਪ੍ਰਧਾਨ ਇਸ ਸਰੋਮ ਸਭਾ ਦੇ ਵਿੱਚ ਉਹ ਸਾਡੀ ਸਰਕਾਰ ਦੇ ਭੈਣ ਨੂੰ ਜਿੱਥੇ ਆਪਾਂ ਸਤਿਕਾਰ ਭੇਟ ਕਰਦੇ ਲਈ ਪੁੱਜੇ ਹਾਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੁੱਜੇ ਹਾਂ। ਆਪਾਂ ਸਾਰੇ ਇਸ ਲੰਗਰ ਦਾ ਬਹੁਤ ਹੀ ਵਧੀਆ ਪਰਿਵਾਰ ਹੈ ਜਿਸ ਪਰਿਵਾਰ ਦੀ ਇਸ ਲੰਗਰ 'ਚ ਔਰ ਨਾਲ ਦੇ ਲੰਗਰਾਂ ਦੇ ਵਿੱਚ ਇੱਕ ਸ਼ੋਭਾ ਹੈ। ਇਹਨਾਂ ਦਾ ਮਿਲਵਰਤਨ, ਇਹਨਾਂ ਦੇ ਕਾਰੋਬਾਰ ਨੂੰ ਕਰਨ ਦਾ ਤਰੀਕਾ ਇੱਕ ਬਹੁਤ ਵਧੀਆ ਰੰਗ ਪਰਮੇਸ਼ੁਰ ਦੇ ਪਛਾਣਿਆ
Bye.
Thank you.
ਪਤਾ ਚੱਲਿਆ ਚਾਹੋ ਜਣਿਆਂ ਦੇ ਸੰਸਾਰ ਵਿੱਚ ਜੇਕਰ ਚੰਗੇ ਕੰਮ ਕਰਕੇ ਸਕਦਾ ਉਸ ਜੀਵ ਦੇ ਕੀਤੇ ਚੰਗੇ ਕੰਮ ਸੰਸਾਰ ਵਿੱਚ ਤਾਂ ਕੰਮ ਆਉਂਦੇ ਹੀ ਹਨ, ਉਹਦੇ ਕੀਤੇ ਚੰਗੇ ਕੰਮ ਅੱਗੇ ਚੱਲ ਕੇ ਦੇ ਵਿੱਚ ਵੀ ਕੰਮ ਆਉਂਦੇ ਹਨ। ਗੱਲ ਕਹਿ ਇਹ ਕਰੇ ਆਜ ਅੱਜ
Thank you.
गुरु साहब कहते जय श्री जी ओदा नाम जपांगे अगे सौरे का भाव परलोक विच जाके सुख मिलेगा गुरने ले Thank you.
Thank you.
श्री
साहिब जी सहाले खालसा जी के बोल वाते बोलो जी बख्शो जी सिखानो सिखी दान के दान है दान वेग दान बेसादान कोसा दान का नस्र दान आकार श्री अमृत सर साहिब दर्शनार चौकियां चले भूगे जुबन जुबाटान कर्म काज कार खालसा जी के बोल वाले बोलो जी करना जी गुर सिखादा मन नीमा मातु जी मत मत न राखा भुवाई गुरु हे अकाल गुरु का अपने पंथ दे सदा सहाई दाता जी ओ श्री निर्वाणा सब गुरुद्वारे अमृतामा तो जिन्हां नूं पंथ तो छोड़िया गया है खुले दर्शन दीदार ते सेवा संभाल दा दान अपने प्यारे खालसा जी नूं बख्शो गुरु मान्यो ग्रंथ गुरु ग्रंथ
प्यारे बच्चे गुरु कमल के चरण और सागेशु की भैन जिन्हें माता जिसन के मैं एक बहुत ही सत्कार होते संस्कारी माता सकता साढ़े को शरीर तौर पर उस अकाल प्रकृति का व्यक्ति जाप देने आपा समुचे इलाके तो जिथे उन्होंने रिश्तेदार साग संबंधी और उस जुड़े भाईचारे के वक् वक् संस्थावान दुखी समाज सहयोग धार्मिक जथेबंदियां और स्पोर्ट्स क्लबों के बहुत सारे नुमाइंदे ते प्रधान इस सोग मिश्रा के विच उस सत्कार भैन नूं जिथे आपां सत्कार भेंट करदे लई पुज्जे हां ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੁੰਦੇ ਲਈ ਪੁੱਜੇ ਹਾਂ ਉੱਥੇ ਸਮੁੱਚੇ ਵਰਮਾ ਪਰਿਵਾਰ ਦੇ ਨਾਲ ਜੋ ਭਾਣਾ ਬਾਬੇ ਹੈ ਉਸ ਦੁੱਖ ਨੂੰ ਮਿਟਾਉਣ ਦੇ ਲਈ ਪ੍ਰਭੂ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਨਮਸਕਾਰ ਕੀਤਾ ਹੈ ਸਮੂਹ ਪਰਿਵਾਰ ਗੁਰੂ ਮਹਾਰਾਜ ਦਾ ਹਮੇਸ਼ਾ ਉੱਤੇ ਆਸਰਾ ਰੱਖਦਾ ਹੈ ਤੇ ਗੁਰੂ ਘਰ ਦਾ ਅਨੰਦ ਸੇਵਕ ਹੈ ਮਾਤਾ ਜੀ ਦੀਆਂ ਸਮੁੱਚੀਆਂ ਜੋ ਅੰਤਮ ਰਸਮਾਂ ਹਨ ਗੁਰੂ ਮਰਿਆਦਾ ਦੇ ਅਨੁਸਾਰ ਪਰਿਵਾਰ ਵੱਲੋਂ ਨਿਭਾਈਆਂ ਗਈਆਂ ਨੇ ਆਪਣੇ ਗ੍ਰਹਿ ਵਿਖੇ ਇਸ ਦੁੱਖ ਦੀ ਘੜੀ ਦੇ ਵਿੱਚ ਉਸ ਪਰਮਾਤਮਾ ਦੇ ਰੂਪ ਤੇ ਆਸਰਾ ਰੱਖਿਆ ਹੋਇਆ ਉਸ ਮਹਾਨ ਸ਼ਖਸੀਅਤ ਨੂੰ ਆਪਣਾ ਸਤਿਕਾਰ ਭੇਟ ਕਰਦਿਆਂ ਹੋਇਆ ਆਪਣੇ ਗ੍ਰਹਿ ਵਿਖੇ ਪਾਵਨ ਬਾਣੀ ਦੇ ਸਹਿਜ ਪਾਠ ਪ੍ਰਣਾਮ ਕਰਵਾਏ ਸਨ ਗੁਰੂ ਮਹਾਰਾਜ ਦੇ ਪਾਲ ਬਖਸ਼ੇ ਦੇ ਸਤਿਕਾਰ ਅੰਮ੍ਰਿਤ ਵੇਲੇ ਬਾਣੀ ਦੇ ਭੋਗ ਪਾਏ ਹਨ ਔਰ ਇਸ ਪਾਵਨ ਦਰਬਾਰ ਦੇ ਅੰਦਰ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪਾਂ ਨੇ ਕੀਰਤਨ ਸਰਵਣ ਕੀਤਾ ਮੇਰੇ ਕੋਲ ਸਮਾਜ ਦੇ ਤੌਰ ਤੇ ਇਹੋ ਜਿਹੇ ਸ਼ਬਦ ਨਹੀਂ ਜਿਸ ਦੇ ਨਾਲ ਮੈਂ ਇਸ ਦੁਖਾਂਤ ਨੂੰ ਬਿਆਨ ਕਰ ਸਕਾਂ ਪਰ ਗੁਰੂ ਮਹਾਰਾਜ ਦਾ ਸ਼ਬਦ ਹੈ ਜਿਵ ਜਿਵ ਤੇਰਾ ਹੁਕਮ ਨਿਵੈ ਤਿਵ ਹੋਵਣਾ ਜੈ ਜੈ ਰੱਖੇ ਆਪ ਤੇ ਜੈ ਗੁਰੋਵਣਾ ਗੁਰੂ ਮਹਾਰਾਜ ਨੂੰ ਜਿਸ ਤਰ੍ਹਾਂ ਦਾ ਭਾਣਾ ਚੰਗਾ ਲੱਗਿਆ ਉਸ ਨੇ ਬਤਾਇਆ ਪਰ ਪਰਿਵਾਰ ਨੂੰ ਇਸ ਤੋਂ ਵੱਡਾ ਹੋ ਕੇ ਬਹੁਤ ਵੱਡਾ ਦੁੱਖ ਲੱਗਦਾ ਹੈ ਜਦੋਂ ਬਹੁਤ ਹੀ ਸੰਸਕਾਰੀ ਮਾਤਾ ਸਾਡੇ ਸਮਾਜ ਦੇ ਅੰਦਰੋਂ ਸਰੀਰਕ ਤੌਰ ਤੇ ਸਾਡੇ ਕੋਲੋਂ ਵੀ ਛੱਡ ਜਾਂਦੀ ਹੈ ਪਰਿਵਾਰ ਭਾਵੇਂ ਸਮੁੱਚਾ ਹੀ ਬਹੁਤ ਹੀ ਸਤਿਕਾਰਯੋਗ ਹੈ ਮੈਂ ਸਮਝਣਾ ਗੁਰੂ ਮਹਾਰਾਜ ਦੇ ਪਰਿਵਾਰ ਦੇ ਉੱਪਰ ਬਖਸ਼ਿਸ਼ ਹੈ ਕਿ ਸਰਦਾਰ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਵਰਮਾ ਜਿਨ੍ਹਾਂ ਦਾ ਹੁਣ ਹੱਥ ਪੁੱਤਰ ਇੱਕ ਸਪੂਤ ਬਣ ਕੇ ਇਹ ਸਮਾਜ ਦੇ ਅੰਦਰ ਵਿਚਰ ਰਿਹਾ ਉਸ ਤੋਂ ਉਪਰੰਤ ਸਾਡੇ ਕਿਸ਼ਨ ਲਾਲ ਜੀ ਦੇ ਸਪੁੱਤਰ ਔਰ ਬੇਟੀ ਗੁਰਸ਼ਰਨ ਤੇ ਗੁਰਕਮਲ ਉਹ ਵੀ ਇਸ ਦੇ ਮੈਂ ਕਹਿੰਦਾ ਸਪੂਤ ਬਣ ਕੇ ਸਮਾਜ ਦੇ ਅੰਦਰ ਇੱਕ ਉੱਚੀਆਂ ਤੇ ਸੁੱਚੀਆਂ ਜੋ ਕਲੰਕਾਂ ਦੇ ਉੱਪਰ ਰਹਿ ਜੇਕਰ ਇਹ ਵਧੀਆ ਸਮਾਜ ਦੇ ਅੰਦਰ ਬੱਚੇ ਆਪਣਾ ਜੀਵਨ ਬਸਰ ਕਰ ਰਹੇ ਨੇ ਔਰ ਤੁਹਾਡਾ ਸਾਰਿਆਂ ਦਾ ਪਿਆਰ ਇਸ ਪਰਿਵਾਰ ਨੇ ਲਿਆ ਤਾਂ ਇਸ ਦੇ ਵਿੱਚ ਬਹੁਤ ਵੱਡਾ ਰੋਲ ਉਸ ਮਾਤਾ ਪਰਮਿੰਦਰ ਕੌਰ ਦਾ ਵੀ ਹੈ ਕਿਉਂਕਿ ਜਿਸਨੇ ਆਪਣੇ ਬੱਚਿਆਂ ਨੂੰ ਜਿੱਥੇ ਆਪਣਾ ਰੋਜ਼ੀ ਰੋਟੀ ਤੇ ਰੁਜ਼ਗਾਰ ਕਰਨ ਦੇ ਲਈ ਕਾਬਲ ਬਣਾਇਆ ਉੱਥੇ ਉਸ ਤੋਂ ਵੀ ਵੱਡੀ ਸੇਵਾ ਸਾਡੇ ਸਮਾਜ ਦੇ ਲਈ ਸਮਾਜਿਕ ਖੇਤਰ ਦੇ ਅੰਦਰ ਵੀ ਇਸ ਪਰਿਵਾਰ ਵੱਲੋਂ ਹਮੇਸ਼ਾ ਹੀ ਵੱਧ ਚੜ੍ਹ ਕੇ ਆਪਣਾ ਯੋਗਦਾਨ ਹੈ ਉਹ ਪਾਇਆ ਜਾਂਦਾ ਹੈ ਹਰੇਕ ਸਪੋਰਟਸ ਕਲੱਬ ਦੇ ਵਿੱਚ ਇਸ ਪਰਿਵਾਰ ਦਾ ਬੜਾ ਯੋਗਦਾਨ ਹੈ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਬੱਚੇ ਆਪੋ ਆਪਣੇ ਥਾਂ ਤੇ ਭਾਵੇਂ ਸੈੱਟ ਨੇ ਬਹੁਤ ਵਧੀਆ ਉਹਨਾਂ ਦਾ ਆਪਣਾ ਸਟੇਟਸ ਹੈ ਪਰ ਫਿਰ ਵੀ ਇਸ ਪਰਿਵਾਰ ਦੇ ਉੱਪਰ ਬਹੁਤ ਵੱਡਾ ਭਾਣਾ ਹੈ ਬਹੁਤ ਵੱਡਾ ਦਖਾਂਤ ਹੈ ਇਸ ਨੂੰ ਆਪਾਂ ਸ਼ਬਦਾਂ ਦੇ ਅੰਦਰ ਬਿਆਨ ਨਹੀਂ ਕਰ ਸਕਦੇ ਪਰ ਫਿਰ ਵੀ ਮੈਂ ਗੁਰੂ ਮਹਾਰਾਜ ਦੀ ਪਾਵਨ ਵਿੱਚ ਹਜ਼ੂਰੀ ਦੇ ਅੰਦਰ ਤੁਹਾਡੇ ਸਾਹਮਣੇ ਕਰਨੋਂ ਕੀਤੀ ਅਰਦਾਸ ਕਿ ਹੇ ਅਕਾਲ ਪੁਰਖ ਉਸ ਵਿਛੜੀ ਆਤਮਾ ਨੂੰ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰੀ ਔਰ ਪਰਿਵਾਰ ਦੇ ਉੱਪਰ ਇਹੋ ਜਿਹੀ ਬਖਸ਼ਿਸ਼ ਕਰੀ ਕਿਰਪਾ ਕਰੀ ਕਿ ਇਸ ਦੁਖਾਂਤ ਨੂੰ ਆਪਣੇ ਮੋਢਿਆਂ ਦੇ ਉੱਪਰ ਸਹਿ ਸਕਣ ਔਰ ਆਪਣਾ ਜੀਵਨ ਹੈ
ਉਸ ਨੂੰ ਵਧੀਆ ਤਰੀਕੇ ਦੇ ਨਾਲ ਅੱਗੇ ਤੋਰ ਸਕਣ। ਸੋ ਬਹੁਤ ਵੱਡਾ ਦੁਖਾਨ ਤੁਸੀਂ ਸਾਰਿਆਂ ਨੇ ਇਸ ਪਰਿਵਾਰ ਦੇ ਨਾਲ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ, ਦੁੱਖ ਮਨਾਇਆ। ਮੈਂ ਸਮਝਿਆ ਕਿ ਇਸ ਪਰਿਵਾਰ ਦਾ ਤੁਹਾਡੀ ਹਾਜ਼ਰੀ ਦੇ ਨਾਲ, ਤੁਹਾਡੀ ਸਮੂਹੀਅਤ ਦੇ ਨਾਲ ਜ਼ਰੂਰ ਪਰਿਵਾਰ ਦਾ ਦੁੱਖ ਕੱਟੇਗਾ। ਸੋ ਮੈਂ ਬਹੁਤ ਹੀ ਸਤਿਕਾਰ ਸਹਿਤ ਬੇਨਤੀ ਕਰਾਂ ਭਾਈ ਸਾਹਿਬ ਭਾਈ ਹਰਬੰਸ ਲਾਲ ਜੀ, ਸਾਬਕਾ ਕੈਬਨਿਟ ਮੰਤਰੀ ਪੰਜਾਬ, ਕਿ ਉਹ ਪਰਿਵਾਰ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਵੀ ਕਰਨਗੇ, ਔਰ ਉਸ ਸਾਡੀ ਸਰਕਾਰ ਜੋ ਭੈਣ ਬੀਬੀ ਪਰਮਿੰਦਰ ਕੌਰ ਨੂੰ ਸਮੁੱਚੀ ਸੰਗਤ ਵੱਲੋਂ ਸ਼ਰਧਾ ਦੇ ਤੌਰ ਵੀ ਭੇਟ ਕਰਨਗੇ। ਮੈਂ ਸਤਿਕਾਰ ਸਹਿਤ ਬੇਨਤੀ ਕਰਾਂ ਸਾਡੇ ਸਰਕਾਰ ਜੋ ਸ੍ਰੀ ਹਰਬੰਸ ਲਾਲ ਜੀ, ਸਾਬਕਾ ਕੈਬਨਿਟ ਮੰਤਰੀ ਪੰਜਾਬ। ਗੁਰੂ ਗ੍ਰੰਥ ਸਾਹਿਬ ਜੀ ਪਾਵਨ ਗੁਰੂ ਜੀ ਪ੍ਰਗਟ ਜੀ ਮਨ ਸਰਕਾਰ ਜੋ ਸੰਤ ਸਿੰਘ ਜੀ ਅਤੇ ਅੱਜ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਇਸ ਲੰਗਰ ਦਾ ਜੋ ਬਹੁਤ ਹੀ ਵਧੀਆ ਪਰਿਵਾਰ ਹੈ, ਜਿਸ ਪਰਿਵਾਰ ਦੀ ਇਸ ਲੰਗਰ 'ਚ ਔਰ ਨਾਲ ਦੇ ਲੰਗਰਾਂ ਦੇ ਵਿੱਚ ਇੱਕ ਸ਼ੋਭਾ ਹੈ, ਇਹਨਾਂ ਦਾ ਮਿਲਵਰਤਨ, ਇਹਨਾਂ ਦੇ ਕਾਰੋਬਾਰ ਨੂੰ ਕਰਨ ਦਾ ਤਰੀਕਾ, ਇੱਕ ਬਹੁਤ ਵਧੀਆ ਵਿਸ਼ਵਾਸ ਉਸ ਪਰਿਵਾਰ ਨੇ ਬਣਾਇਆ। ਉਸ ਪਰਿਵਾਰ ਦੀ ਅੱਜ ਮੈਨੂੰ ਬੜਾ ਦੁੱਖ ਹੋ ਰਿਹਾ, ਜਿੱਥੇ ਪਹਿਲੀ ਵਾਰ ਉੱਥੇ ਦਰਸ਼ਨ ਕਰਨ ਵਾਸਤੇ ਅਸੀਂ ਹਸਪਤਾਲ ਗਏ ਖਬਰ ਲੈਣ ਵਾਸਤੇ, ਉਨੀ ਤਾਂ ਨਹੀਂ ਸਾਡੇ ਨਾਲ ਕੋਈ ਗੱਲ ਤਾਂ ਨਹੀਂ ਕੀਤੀ, ਮਗਰ ਅਸੀਂ ਦੇਖ ਕੇ ਦੇਖਿਆ ਘਬਰਾਹਟ ਹੋ ਰਹੀ ਹੈ ਮਨ ਨੂੰ, ਅਤੇ 5-7 ਦਿਨਾਂ ਦੇ ਅੰਦਰ ਹੀ ਉਹ ਐਡੀ ਵੱਡੀ ਬਿਮਾਰੀ ਦੀ ਕੋਈ ਦਵਾਈ ਵੀ ਲੱਗੀ, ਹਸਪਤਾਲਾਂ 'ਚ ਵੀ ਲੈ ਕੇ ਗਏ, ਜੋ ਵੀ ਵੱਡੀ ਤੋਂ ਵੱਡੀ ਕੋਸ਼ਿਸ਼ ਕਰਨੀ ਸੀ ਕ੍ਰਿਸ਼ਨ ਜੀ ਨੇ ਕਰੀ ਹੈ, ਔਰ ਹਰ ਵੱਡੀ ਤੋਂ ਵੱਡੀ ਥਾਂ 'ਤੇ ਲੈ ਕੇ ਗਏ। ਅਸੀਂ ਰਾਤ ਨੂੰ ਵਾਪਸ ਆ ਰਹੇ ਸੀਗੇ, ਹਲੇ ਬਰਾਹਾਂ ਵੀ ਬੰਦੇ ਸੀ, ਉਹ ਕਦੇ ਵੀ ਉਹਦਾ ਡੈਥ ਡਿਕਲੇਅਰ ਕਰਤੀ ਉਹਨਾਂ ਨੇ ਡਾਕਟਰ। ਸੋ ਮੇਰੇ ਕਹਿਣ ਦਾ ਭਾਵ, ਮੈਂ ਤਾਂ ਇੱਕ ਵਾਰ ਇਹ ਕਹੂੰਗਾ ਕਿ ਜਿਹੜੇ ਵੀ ਇਹ ਹਸਪਤਾਲ ਪ੍ਰਾਈਵੇਟ ਆ ਹੋਰ, ਇਹ ਤਾਂ ਇੱਕ ਲੁੱਟ ਦਾ ਇਹਨਾਂ ਨੇ ਲਾਇਸੈਂਸ ਲਿਆ ਹੋਇਆ, ਪੈਸੇ ਤਾਂ ਲੈ ਜਾਣ ਕੇ ਸਹੀ ਗਾਈਡ ਨਹੀਂ ਕਰਦੇ, ਇੱਥੇ ਲੈ ਕੇ ਆਉਣਾ ਤਕਲੀਫਾਂ ਕਹਾਣੀਆਂ ਗੱਲਾਂ ਬਾਤਾਂ ਹੋਰ ਯਾਦਗੀ ਜਾਣਗੇ। ਮਤਲਬ ਮੇਰੇ ਕਹਿਣ ਦਾ ਭਾਵ, ਆਮ ਆਦਮੀ ਨੂੰ, ਗਰੀਬ ਆਦਮੀ ਨੂੰ, ਆਮ ਆਦਮੀ ਨੂੰ ਅੱਜ ਦੇ ਸਮੇਂ 'ਚ ਆਪਣਾ ਜਿਹੜਾ ਹੈ ਹਸਪਤਾਲਾਂ 'ਚ ਲਾ ਲਿਜਾ ਕੇ ਇਲਾਜ ਕਰਾਉਣਾ ਬੜਾ ਮੁਸ਼ਕਲ ਹੈ। ਇਹ ਗੱਲ ਮੈਂ ਇੱਥੇ ਕਹਿਣੀ ਚਾਹੁੰਦਾ ਸੀਗਾ, ਤਾਂ ਕਿ ਜੋ ਆਉਣ ਵਾਲਾ ਸਮਾਜ ਹੈ ਉਹਦੇ ਅੰਦਰ, ਇਹ ਤਾਂ ਸਾਡਾ ਡਾਕਟਰ ਬਣ ਗਿਆ ਹੈ, ਅਤੇ ਸਾਡੇ ਬਹੁਤ ਮੁੰਡੇ ਜਿਹੜੇ ਨੌਜਵਾਨ ਨੇ ਉਹ ਪੜ੍ਹਨ ਤੋਂ ਬਾਅਦ ਡਾਕਟਰੀ ਪੈ ਜਾਂਦੇ ਹੈ, ਉਹਨਾਂ ਦੀ ਸੋਚ ਜਿਹੜੀ ਹੈ ਸਾਨੂੰ ਸਾਰਿਆਂ ਨੂੰ ਰਲ ਕੇ ਜਿੰਨੀ ਵਧੀਆ ਬਣਾਵਾਂਗੇ ਉਹਨਾਂ ਸਮਾਜ ਨੂੰ ਹੌਸਲਾ ਅਤੇ ਹਿੰਮਤ ਮਿਲੂਗੀ। ਸੋ ਪਰਮਿੰਦਰ ਕੌਰ ਦੀ ਜਿਹੜੀ ਬੇਬਖਤੀ ਬਹੁਤ ਹੈ, ਉਹਨੇ ਸਾਰੇ ਇਲਾਕੇ ਨੂੰ ਲਾ ਕੇ ਰੱਖਤਾ, ਔਰ ਬਹੁਤ ਨਿੱਘ ਪਿਆਰ, ਜਿਵੇਂ ਮੈਂ ਕਹੂੰਗਾ ਕਿ ਮੈਂ ਦੇਖ ਰਿਹਾ ਸੀ ਮੇਰੇ ਤੋਂ ਪਹਿਲਾਂ ਪਾਠੀ ਸਿੰਘ ਸਵਾਨਾ ਨੇ ਪਾਠ ਕਰਕੇ, ਔਰ ਅਗਨੀ ਸਿੰਘ ਸਵਾਨਾ ਨੇ ਬਹੁਤ ਵਧੀਆ ਤਰੀਕੇ ਨਾਲ ਰਾਜਨੀਤਿਕ ਕੀਰਤਨ ਲਾਈ। ਬੀਬਾ ਪਰਮਿੰਦਰ ਕੌਰ ਸਾਡੀ ਸਤਾਰਨ ਭੈਣ, ਇਹਨਾਂ ਨੇ ਸ਼ਬਦ ਦੇ ਫੁੱਲ ਇਹਨਾਂ ਨੇ ਭੇਟ ਕੀਤੇ, ਬੜੀ ਵੱਡੀ ਗਿਣਤੀ ਵਿੱਚ ਮੈਂ ਦੇਖ ਰਿਹਾ ਇਲਾਕੇ ਦੇ ਲੋਕ ਇੱਥੇ ਆਏ ਹੈ। ਇਹ ਪਰਿਵਾਰ ਦਾ ਪਿਆਰ ਹੈ, ਪਰਿਵਾਰ ਦਾ ਸਤਿਕਾਰ ਹੈ, ਇੱਕ ਵਿਸ਼ਵਾਸ ਨੂੰ ਲੋਕਾਂ ਦੇ ਅੰਦਰ ਬਣਾਉਣਾ ਬਹੁਤ ਮਿਹਨਤ ਲੱਗਦੀ ਹੈ। ਇਹੀ ਜਿਹੜਾ ਵਿਸ਼ਵਾਸ ਹੈ, ਇਹੀ ਪਰਮਾਤਮਾ ਦਾ ਰੂਪ ਹੈ, ਜਿਵੇਂ ਕਹਿੰਦੇ ਗੱਲ ਇਸ ਗੋਡ ਗੋਡ ਇਸ ਗੱਲ, ਪਿਆਰ ਹੀ ਪਰਮਾਤਮਾ ਹੈ, ਪਰਮਾਤਮਾ ਹੀ ਪਿਆਰ ਹੈ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਸ ਪਰਿਵਾਰ ਦੇ ਵਿੱਚ ਰਹਿ ਕੇ, ਕਿਉਂਕਿ ਘਰ ਦਾ ਜਿਹੜਾ ਨਾਮ ਉੱਚਾ ਹੁੰਦਾ ਉਹ ਔਰਤ ਦੇ ਸਿਰ 'ਤੇ ਹੁੰਦਾ ਹੈ, ਔਰ ਖਾਏ ਗਏ ਚਾਹ ਪਾਣੀ ਵੀ ਕੁਛ ਕੁਛ ਪ੍ਰਤੀਕ ਕਰਨੀ ਕੋਈ ਵੀ ਵੱਧ ਹੁੰਦਾ, ਚਾਹੇ ਉਹਨਾਂ ਦਾ ਕੰਮ ਧੰਦੇ ਨਾਲ ਸੰਬੰਧ ਹੈ, ਚਾਹੇ ਪਰਿਵਾਰਕ ਤੌਰ 'ਤੇ ਕੋਈ ਸੰਬੰਧ ਹੈ, ਤਾਂ ਔਰਤ ਦਾ ਆਪਣੇ ਬਹੁਤ ਵੱਡਾ ਰੋਲ ਹੈ। ਮਗਰ ਮੈਂ ਜਿਤਨੀ ਵਾਰੀ ਵੀ ਘਰ ਆਏ ਪਵਿੱਤਰ ਕੌਰ ਮੂੰਹ 'ਚੋਂ ਕਦੇ ਬੋਲ ਨਹੀਂ ਸੁਣਿਆ, ਮਗਰ ਹਰ ਚੀਜ਼ ਹਾਜ਼ਰ। ਸੋ ਇਹੋ ਜਿਹਾ ਪਰਿਵਾਰ, ਇਹੋ ਜਿਹੀ ਸੋਚ, ਜਿਵੇਂ ਸਾਡੇ ਰਾਕੇਸ਼ ਸਿੰਘ ਸਵਾਨ ਕਹਿ ਰਹੇ ਸੀ ਕਿ ਕੀਰਤਨ ਦਾ ਬੜਾ
ਮੈਨੂੰ ਸ਼ੌਂਕ ਸੀ ਬੜੀ ਸ਼ਰਧਾ ਦੇ ਨਾਲ ਕੀਰਤਨ ਕਰਦੀ ਸੀ ਅਤੇ ਗੱਲਾਂ ਕਾਲਪੁਰ ਵੱਲੋਂ ਬਖਸ਼ਿਸ਼ ਹੁੰਦੀਆਂ ਨੇ ਪਰਮਾਤਮਾ ਨਾਲ ਜੁੜਨਾ ਪਰਮਾਤਮਾ ਦੀ ਬਾਣੀ ਦਾ ਪ੍ਰਕਾਸ਼ ਜੋ ਹੈ ਉਹਨੂੰ ਹੋਰ ਸੁੰਦਰ ਬਣਾਉਣਾ ਔਰ ਹਮੇਸ਼ਾ ਦਿਨ ਰਾਤ ਗੁਰੂ ਮਹਾਰਾਜ ਦੀਆਂ ਕੁਰਬਾਨੀਆਂ ਗੁਰੂ ਮਹਾਰਾਜ ਦਾ ਇਤਿਹਾਸ ਉਹਨਾਂ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਉਹਨਾਂ ਵਾਲੇ ਇਹ ਗੱਲਾਂ ਸਾਰੀਆਂ ਜੋ ਵਿਅਕਤੀ ਕਰਦੇ ਨੇ ਉਹਨਾਂ ਨੂੰ ਬੜੀ ਸ਼ਕਤੀ ਮਿਲਦੀ ਹੈ ਪਰਮਾਤਮਾ ਆਪਣਾ ਫੈਸਲਾ ਮਤਲਬ ਪਤਾ ਨਹੀਂ ਉਹ ਕਿਹੜਾ ਸਮਾਂ ਸੀਗਾ ਕਿ ਕਿਹੜੇ ਕਾਰਨਾਂ ਕਰਕੇ ਕੀ ਗੱਲ ਹੋਈ ਹੈ ਬੇਨਤ ਦੀ ਇਹ ਮੌਤ ਗੁਰਿੰਦਰ ਕੌਰ ਦੀ ਹੋਈ ਪੂਰੇ ਸਾਰੇ ਇਲਾਕੇ 'ਚ ਇਹ ਬਹੁਤ ਵੱਡੀ ਸ਼ੋਕ ਦੀ ਲਹਿਰ ਜਿਹੜੀ ਹੈ ਉਹ ਦੌੜ ਗਈ ਸੋ ਮੈਨੂੰ ਇਸ ਪਰਿਵਾਰ ਵਾਲੇ ਦਾ ਮੈਂ ਦੱਸ ਕੇ ਇੱਦਾਂ ਕਿ ਬਹੁਤ ਵਧੀਆ ਬੜਾ ਦੇਖ ਇਸ ਨਗਰ ਦਾ ਇਹ ਪਰਿਵਾਰ ਬੜਾ ਪਿਆਰ ਕਹਿੰਦੇ ਸਤਿਕਾਰ ਇਹਨਾਂ ਨੇ ਬਣਾਇਆ ਮਤਲਬ ਇਸ ਮੌਤ ਦੇ ਨਾਲ ਜਦੋਂ ਇਸ ਪਰਿਵਾਰ ਨੂੰ ਮਹਾਤਮਾ ਪਰਿਵਾਰ ਨੂੰ ਸਾਡੇ ਮਾਮਾ ਜੀ ਸੁਰਜੀਤ ਜੀ ਉਹਨਾਂ ਨੂੰ ਬਹੁਤ ਵੱਡਾ ਘਾਟਾ ਕ੍ਰਿਸ਼ਨ ਜੀ ਉਹਨਾਂ ਦੇ ਨਾਮ ਬੇਟੇ ਬੇਟੀਆਂ ਉਹਨਾਂ ਨੂੰ ਇੱਡਾ ਵੱਡਾ ਘਾਟਾ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਿੰਡ ਵਾਲਿਆਂ ਨੂੰ ਕਦੇ ਨਾਮ ਪੂਰਾ ਹੋਣ ਵਾਲਾ ਪਰਮਿੰਦਰ ਕੌਰ ਦੇ ਜਾਣ ਨਾਲ ਘਾਟਾ ਪਿਆ ਸੋ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਕਿਉਂਕਿ ਤੁਸੀਂ ਬੜੇ ਲੰਬੇ ਸਮੇਂ ਤੋਂ ਇੱਥੇ ਬੈਠੇ ਹੋ ਕਿਰਤ ਬੜੇ ਵਧੀਆ ਤਰੀਕੇ ਨਾਲ ਰਾਗੀ ਸਿੰਘ ਸੁਹਾਣ ਨੇ ਕੀਰਤਨ ਕੀਤਾ ਬੜਾ ਜਿਹੜਾ ਹੈ ਸ਼ਰਧਾ ਅਤੇ ਸਤਿਕਾਰ ਦੇ ਨਾਲ ਉਹਦਾ ਪਵਿੱਤਰ ਕੌਰ ਕੌਮੀ ਸਥਾਨ ਦੀ ਪ੍ਰੇਰਿਤ ਕੀਤੀ ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਤਾਂ ਇਹ ਕਹਾਂਗਾ ਇੱਕ ਔਰਤ ਜਿਹੜੀ ਹੈ ਉਹਦੇ ਕਈ ਰੂਪ ਨੇ ਉਹ ਬੱਚੀ ਹੁੰਦੀ ਹੈ ਬੇਟੀ ਹੁੰਦੀ ਹੈ ਲੜਕੀ ਹੁੰਦੀ ਹੈ ਵਿਆਹ ਕੇ ਆਮ ਔਰਤ ਬਣ ਜਾਂਦੀ ਹੈ ਉਹ ਤੋਂ ਬਾਅਦ ਮਾਂ ਵੀ ਹੁੰਦੀ ਹੈ ਇਹ ਜਿਹੜਾ ਇੱਕ ਰਿਸ਼ਤਾ ਹੈ ਸਮਾਜ ਦੇ ਅੰਦਰ ਇੱਕ ਸਤਿਕਾਰ ਜੋ ਰਿਸ਼ਤਾ ਹੈ ਮਾਂ ਦਾ ਬੇਟੀ ਦਾ ਔਰਤ ਦਾ ਜਿਹੜਾ ਰਿਸ਼ਤਾ ਹੈ ਵਰਡਲੇ ਮਤਲਬ ਤੁਸੀਂ ਦੇਖਿਆ ਹੈ ਵੂਮੈਨ ਡੇ ਮਨਾਏ ਜਾਂਦੇ ਆ ਔਰਤਾਂ ਦੇ ਦਿਹਾੜੇ ਮਨਾਏ ਜਾਂਦੇ ਡੇ ਮਨਾਏ ਜਾਂਦੇ ਮਦਰ ਡੇ ਮਨਾਏ ਜਾਂਦੇ ਉਹਦਾ ਕਾਰਨ ਇਹ ਇੱਕ ਰਿਸ਼ਤਾ ਐਸਾ ਹੈ ਜੋ ਸਾਡੀ ਜੋ ਬਹੁਤ ਹੀ ਸਤਿਕਾਰ ਦਾ ਰਿਸ਼ਤਾ ਹੈ ਪਰਮਾਤਮਾ ਦਾ ਦੂਸਰਾ ਰੂਪ ਹੁੰਦੀ ਹੈ ਔਰਤ ਮਾਂ ਪਰਮਾਤਮਾ ਦਾ ਦੂਸਰਾ ਰੂਪ ਹੁੰਦੀ ਹੈ ਸੋ ਇਸ ਕਰਕੇ ਜਿਵੇਂ ਕਿਹਾ ਗਿਆ ਗੁਰੂ ਦੇਵ ਪਿਤਾ ਗੁਰੂ ਦੇਵ ਮਾਤਾ ਇਹ ਸਾਰਾ ਕੁਛ ਜੋ ਵੀ ਹੈ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਾਰਾ ਕੁਛ ਦਰਜ ਹੈ ਆਪਾਂ ਤਾਂ ਆਪਾਂ ਸੁਣਦੇ ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਪੂਰੇ ਸਾਰੇ ਇਲਾਕੇ ਨੂੰ ਬੀਬਾ ਪਰਮਿੰਦਰ ਕੌਰ ਜੀ ਦੇ ਜਾਣ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਤੁਸੀਂ ਜਿੰਨੇ ਵੀ ਆਏ ਹੋ ਸਾਰੇ ਇਸ ਪਰਿਵਾਰ ਨਾਲ ਜੁੜੇ ਹੋ ਹਮਦਰਦੀ ਪ੍ਰਗਟ ਕਰਨ ਵਾਸਤੇ ਇਸ ਪਰਿਵਾਰ ਦਾ ਜਿਹੜਾ ਬਹੁਤ ਵੱਡਾ ਇਹ ਦੁੱਖ ਹੈ ਉਸਨੂੰ ਘਟਾਉਣ ਵਾਸਤੇ ਇੱਥੇ ਆਏ ਹੋ ਜਿਵੇਂ ਕਹਿ ਰਹੇ ਸੀ ਰਾਜੀ ਸਿੰਘ ਸੁਹਾਣ ਭਾਣਾ ਮਨਾਂ ਦੀ ਜਿਹੜੀ ਸ਼ਕਤੀ ਹੈ ਉਹ ਵੀ ਗੁਰੂ ਮਹਾਰਾਜ ਦੇ ਚਰਨਾਂ ਤੋਂ ਸਾਨੂੰ ਮਿਲਦੀ ਹੈ ਕਿਉਂਕਿ ਮੇਰਾ ਤਾਂ ਫਤਿਹਗੜ੍ਹ ਸਾਹਿਬ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਉੱਥੇ ਸ਼ਹੀਦ ਹੋਏ ਉੱਥੋਂ ਅਸੀਂ ਸੇਧ ਲਈ ਇਹ ਭਾਣਾ ਮੰਨਣਾ ਹੀ ਪੈਣਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਜੋ ਇਹ ਘਾਟਾ ਪਿਆ ਸਾਨੂੰ ਸਾਰਿਆਂ ਨੂੰ ਭਾਣਾ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਜੋ ਵੀ ਪਰਿਵਾਰ ਨਾਲ ਜੁੜਿਆ ਉਹਨਾਂ ਨੂੰ ਇਹ ਭਾਣਾ ਮੰਨਣਾ ਚਾਹੀਦਾ ਗੁਰੂ ਦਾ ਭਾਣਾ ਹੈ ਹਰ ਇੱਕ ਪ੍ਰਾਣੀ ਨੇ ਕਿਸੇ ਨਾ ਕਿਸੇ ਰੂਪ ਵਿੱਚ ਇੱਥੋਂ ਇਸ ਦੁਨੀਆਂ ਵਿੱਚ ਉਚਰੇ ਜਾਣਾ ਕਿਹੜੀ ਉਮਰ 'ਚ ਜਾਣਾ ਹੈ ਉਹ ਪਰਮਾਤਮਾ ਨੇ ਆਪਣੇ ਕੋਲ ਰੱਖੀ ਹੈ ਸੋ ਮੈਂ ਤਾਂ ਇਹੀ ਕਹਾਂਗਾ ਸ਼ਾਇਦ ਜਿਹਨਾਂ ਲੋਕਾਂ ਦੀ ਸਾਨੂੰ ਲੋੜ ਹੈ ਸਮਾਜ ਨੂੰ ਲੋੜ ਹੈ ਪਰਿਵਾਰਾਂ ਨੂੰ ਲੋੜ ਹੈ ਸ਼ਾਇਦ ਸਾਡੇ ਨਾਲ ਵੱਧ ਲੋੜ ਹੋ ਸਕੋ ਅਕਾਲ ਪੁਰਖ ਨੂੰ ਹੋਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਨਾਲ ਉਹ ਸਾਡੇ ਕੋਲ ਉਹਨਾਂ ਨੂੰ ਬਣਾ ਕੇ ਲੈ ਗਏ ਮੈਂ ਤਾਂ ਆਪਣਾ ਅੱਛਾ ਚਾਹੁੰਦਾ ਕਿ ਮੇਰੇ ਇਲੈਕਸ਼ਨ ਹੁੰਦੇ ਸੀਗੇ ਸਾਰਾ ਪਰਿਵਾਰ ਹੀ ਕਾਰੋਬਾਰ ਛੱਡ ਕੇ ਉੱਥੇ ਮੇਰੇ ਇਲਾਕੇ 'ਚ ਲੱਗੇ ਰਹਿੰਦੇ ਸੀ ਮੈਂ ਤਾਂ ਭੁੱਲ ਨਹੀਂ ਸਕਦਾ ਪੁਰਾਣੇ ਸਮੇਂ ਜਿਸ ਤਰੀਕੇ ਨਾਲ ਇਹਨਾਂ ਨੇ ਸਾਰ ਸਾਡਾ ਦਿੱਤਾ ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਇਹਨਾਂ ਸੰਖੇਪ ਦਾ ਸਕਦਾ ਹਾਂ ਇਸ ਬਹੁਤ ਹੀ ਸਤਿਕਾਰ ਜੋ ਭੈਣ ਬੀਬਾ ਪਰਮਿੰਦਰ ਕੌਰ ਜੀ ਦੇ ਚਰਨਾਂ 'ਚ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਔਰ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਕਿ ਇਸ ਮਹਾਨ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਰੱਖਿਓ ਪਿੱਛੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੇਟਿਆਂ ਬੇਟੀ ਸਾਡੇ ਮੰਮਾ ਜੀ ਇਹਨਾਂ ਦੇ ਰਿਸ਼ਤੇਦਾਰਾਂ ਸੰਬੰਧੀਆਂ ਨਗਰ ਵਾਸੀਆਂ ਕਾਕਰ ਵਾਸੀਆਂ ਨੂੰ ਸਾਨੂੰ ਸਾਰਿਆਂ ਨੂੰ ਇਸ ਅਹਿਮ ਸੂਬੇ ਨੂੰ ਸਹਿਣ ਕਰਨ ਦੀ ਸ਼ਕਤੀ ਬਖਸ਼ਿਓ ਇਹਨਾਂ ਸ਼ਬਦਾਂ ਨਾਲ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਕਿ ਉਹਨਾਂ ਦਾ ਜਸਕਾ ਹੈ ਔਰ ਪਰਿਵਾਰ ਵੱਲੋਂ ਜਿੰਨੀ ਵੀ ਸਾਧ ਸੰਗਤ ਇੱਕ ਇੱਕ ਕਦਮ ਚੱਲ ਕੇ ਆਈ ਹੈ ਪਰਿਵਾਰ ਦੇ ਨਾਲ ਉਹਨਾਂ ਦਾ ਦੁੱਖ ਘਟਾਉਣ ਵਾਸਤੇ
ਬਹੁਤ ਵੱਡਾ ਦੁੱਖ ਹੈ ਜਿਹੜਾ ਪਹਾੜ ਜਿਹੜਾ ਉਹ ਜ਼ਰੂਰ ਤੁਹਾਡੇ ਆਉਣ ਦੇ ਨਾਲ ਕੁਛ ਨਾ ਕੁਛ ਕਾਮਿਆਂ ਹੋਵੇਗਾ। ਪਰਿਵਾਰ ਹੌਸਲਾ ਤੇ ਹਰ ਕੁਛ ਦਿੱਤੀ ਆ ਕੇ ਸੋ ਸਾਡਾ ਸਾਰਿਆਂ ਦਾ ਪਰਿਵਾਰ ਵੱਲੋਂ ਸਰਮਾ ਪਰਿਵਾਰ ਵੱਲੋਂ ਤੁਹਾਡਾ ਮੈਂ ਧੰਨਵਾਦ ਕਰਦਾ ਹਾਂ। ਔਰ ਇਹਨਾਂ ਸ਼ਬਦਾਂ ਨਾਲ ਫਿਰ ਸ਼ਾਨਦਾਰੀ ਗੁਰੂ ਪੇਸ਼ ਕਰਦਾ ਹੋਇਆ ਕਿਮਾ ਜਾ ਚੁੱਕਾ ਹੈ ਅਤੇ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਅ ਜੀ ਮਾੜਾ ਜਿਹਾ ਘੁੰਮ ਜਾਓ ਭਾਅ ਜੀ ਇੱਧਰ ਤੁਸੀਂ ਮਾੜਾ ਜਿਹਾ ਘੁੰਮ ਬੇਟੇ ਇੱਧਰ ਦੇਖੋ ਇੱਧਰ ਸਾਹਮਣੇ ਠੀਕ ਹੈ ਬਾਈ।